हाँ जी मैडम जी, की नाम है जी? मेरा नाम शिंदरपाल कौर, मैं मैंबर पंचायत है हेडोबेट दी। ते मैं सरकार को यही मंग करदी हाँ कि मेरे पिंड दे विच बहुत ज़्यादा गरीब लोग रहिंदे ने, इन्हां नूं जगह की बहुत ज़्यादा समस्या है, ते मेरे जिहड़े हैगे लोड़वंद लोग ने इन्हां नूं पांच पांच मरले दे प्लाट दित्ते जाण। ते अपने पिंड दी वोट किन्नी है जी? 1200+ है सर। ते पिंड च घर किन्ने है जी? घर हैगे सर 255। ते किन्ने हुण तक किन्ने पास होए जी? सर 6 होया, वह भी जनरल कैटागरी के। ते आपां सरपंच साहब नूं कोई गल कीती जाके? असी सरपंच साहब नूं पुछिया सीगा भी बाकी जिहड़े होर आपां लिस्ट बना के दित्ती सीगी बाकी परिवार, भी उन्हां दा क्यों नहीं होया? वह कहिंदे उपरों 6 ही पास हो के आए आ, भी आपां 6 दा ही कर सकते हैं, भी होर नहीं कुछ कर सकते। ਕਹਿੰਦਾ ਪਿੰਡ ਵਿੱਚ ਇੰਨਾ ਇਕੱਠ ਹੋਇਆ ਹੈ, ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਕਈਆਂ ਦੇ ਪਾਸ ਨਹੀਂ, ਉਹਦੇ ਬਾਰੇ ਕੀ ਕਹਿਣਾ ਚਾਹੁੰਦੀ ਆਪਾਂ? ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਸਰਕਾਰ ਨੂੰ ਵੀ ਜੋ ਵੀ ਹੈਗਾ ਆ ਕੇ ਮੌਕਾ ਦੇਖਿਆ ਜਾਵੇ ਵੀ ਇਹ ਗਰੀਬ ਲੋਕ ਨੇ, ਇਹਨਾਂ ਦੇ ਕੋਲ ਕੀ ਹੈ ਕੀ ਨਹੀਂ। ਮੌਕੇ 'ਤੇ ਅਫਸਰ ਆ ਕੇ ਜੋ ਵੀ ਕਰਕੇ ਜਾਣਗੇ ਉਹਨਾਂ ਦਾ, ਪਰ ਸਾਡੀ ਤਾਂ ਇਹੀ ਮੰਗ ਹੈ ਵੀ ਸਾਡੇ ਭੈਣਾਂ ਭਾਈਆਂ ਨੂੰ ਜਿਹੜੇ ਪੰਜ ਪੰਜ ਮਰ ਲਿਆ ਉਹ ਦਿੱਤੇ ਜਾਣ। ਹਾਂਜੀ ਸਰ, ਕੀ ਨਾਮ ਹੈ ਜੀ? ਜਸਵਿੰਦਰ ਸਿੰਘ ਲੇਬਰ ਤੋਂ। ਕਿਹੜਾ ਪਿੰਡ ਹੈ ਜੀ? ਹੈਡੋਂ ਪਿੰਡ ਹੈ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਆਪਾਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਲੋਕਾਂ ਕੋਲ ਜਗ੍ਹਾ ਤੰਗ ਹੈ, ਘਰੇ ਤਿੰਨ ਤਿੰਨ ਪਰਿਵਾਰ ਰਹਿੰਦੇ ਆ ਇੱਕ ਇੱਕ ਘਰ ਦੇ ਵਿੱਚ, ਉਹਨਾਂ ਨੂੰ ਪੰਜ ਪੰਜ ਮਰਲੇ ਪਲਾਟ ਜਿਹੜੇ ਸਕੀਮ ਆ ਗੌਰਮੈਂਟ ਦੇ ਮਿਲਣੇ ਚਾਹੀਦੀ ਹੈ ਜੀ, ਪਰ ਸਰਪੰਚ ਇਸ ਵੇਲੇ ਕੁਛ ਨਹੀਂ ਕਰ ਰਿਹਾ ਜੀ। ਆਪਣੇ ਪਿੰਡ ਦੀ ਵੋਟ ਕਿੰਨੀ ਹੈ ਜੀ? ਵੋਟ 1200-1250 ਵੋਟ ਹੈਗੀ ਸਾਡੇ ਪਿੰਡ ਦੀ। ਤੇ ਘਰ ਕਿੰਨੇ ਪਿੰਡ 'ਚ? ਘਰ ਹੋਊਗਾ 300-400 ਘਰ ਹੋਊਗਾ ਜੀ। ਉਹਦੇ ਵਿੱਚੋਂ ਕਿੰਨੇ ਜਾਣਿਆਂ ਦੇ ਫਾਰਮ ਭਰੇ ਗਏ ਜੀ? ਸਿਰਫ 6 ਜਾਣਿਆਂ ਦੇ ਜੀ। ਉਹ ਵੀ ਬਾਹਰ ਦੇ? ਉਹ ਵੀ ਜਨਰਲ ਜਾਤੀ ਦੇ ਆ, ਐਸਸੀ ਨੂੰ ਕਿਸੇ ਨੂੰ ਨਹੀਂ ਮਿਲ ਰਿਹਾ ਕੋਈ ਫਾਇਦਾ। ਤੇ ਆਪਾਂ ਸਰਪੰਚ ਸਾਹਿਬ ਕੋਲ ਜਾ ਕੇ ਆਏ ਜੀ? ਹਾਂਜੀ, ਸਰਪੰਚ ਸਾਹਿਬ ਕੋਲ ਅਸੀਂ ਮੈਂਬਰਾਂ ਨੇ ਹੀ ਗੱਲ ਕੀਤੀ, ਪਰ ਉਹ ਨਹੀਂ ਮੰਨੇ, ਉਹ ਕਹਿੰਦੇ ਪਹਿਲੇ ਵੀਡੀਓ ਸਾਹਿਬ ਸਾਈਨ ਕਰਨਗੇ ਫਿਰ ਤੁਸੀਂ ਮੇਰੇ ਕੋਲ। ਅੱਗੋਂ ਕੀ ਜਵਾਬ ਦਿੱਤਾ ਜੀ ਤੁਹਾਨੂੰ ਉਹਨਾਂ ਨੇ? ਉਹ ਕਹਿੰਦੇ ਵੀ ਮੈਂ ਇੱਦਾਂ ਨਹੀਂ ਕਹਿੰਦਾ, ਮੈਂ ਵੀਡੀਓ ਤੋਂ ਮੋਹਰ ਦਵਾ ਕੇ ਲਿਆਓ। ਠੀਕ ਹੈ, ਆਪਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਇਹੀ ਮੰਗ ਕਰ ਰਹੇ ਜੀ, ਸਕੀਮ ਹੈਗੀ ਗਵਰਨਮੈਂਟ ਦੀ ਜੋ ਸਾਨੂੰ ਦਿੱਤੀ ਜਾਵੇ ਲੋੜਵੰਦ ਪਰਿਵਾਰਾਂ ਨੂੰ ਜੀ। ਹਾਂਜੀ, ਕੀ ਨਾਮ ਹੈ? ਪਰਮਜੀਤ ਕੌਰ। ਕਿਹੜਾ ਪਿੰਡ ਹੈ? ਹੇਡੋਵੇਟ। ਆਪਾਂ ਕੀ ਕਹਿਣਾ ਚਾਹੁੰਦੇ ਹਾਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜੇ ਸਾਡੇ ਪਿੰਡ ਦੇ ਵਸਨੀਕ ਆ ਉਹਨਾਂ ਨੂੰ ਮਤਲਬ ਕਿ ਮਰਲੇ ਮਿਲਣੇ ਚਾਹੀਦੇ ਆ, ਜਿਹੜਾ ਆਪਾਂ ਨੂੰ ਸਰਕਾਰੀ ਗਵਰਨਮੈਂਟ ਵੱਲੋਂ ਆਏ ਆ ਸਹੂਲਤ, ਉਹਦਾ ਸਾਨੂੰ ਕੋਈ ਲਾਭ ਮਿਲਣਾ ਚਾਹੀਦਾ ਜੀ। ਸਾਨੂੰ ਪੰਚਾਇਤ ਅੱਗੇ ਇਹੀ ਦਰਖਾਸਤ ਆ ਵੀ ਮਿਹਨਤ ਕੀਤੀ ਜਾਂਦੀ ਆ ਵੀ ਸਾਨੂੰ ਮਰਲੇ ਮਿਲਣ। ਪਿਛਲੇ ਮਤਲਬ ਕਿ ਜਿਹੜੇ ਰਿਕਾਰਡ ਦੇ 7 ਮਰਲੇ ਪਾਸ ਹੋਏ ਸੀ, ਮਤਲਬ ਕਿ 7 ਮੈਂਬਰਾਂ ਦੇ, ਉਹਨਾਂ ਵਿੱਚੋਂ 6 ਮੈਂਬਰਾਂ ਨੂੰ ਮਿਲਿਆ, 1 ਮੈਂਬਰ ਫੇਲ ਕਰ ਦਿੱਤਾ, ਉਹ ਵੀ ਐਸਸੀ ਵਿੱਚੋਂ ਸੀ। ਠੀਕ ਹੈ, ਜਿਹੜੇ 6 ਜਣਿਆਂ ਨੂੰ ਮਿਲੇ ਨੇ ਉਹ ਕਿਹੜੀ ਕਾਸਟ ਦੇ? ਉਹ ਜਰਨਲ ਜੀ। ਤੇ ਹੋਰ ਕੋਈ ਸਰਪੰਚ ਸਾਹਿਬ ਵੱਲੋਂ ਮਿਲੇ ਦਿੱਤੇ ਨਹੀਂ ਪਿੰਡ ਦੇ ਬੰਦੇ? ਪਿੰਡ ਦੇ ਕਿ ਬਾਹਰ ਦੇ? ਇਹ ਪਿੰਡ ਦੇ ਨਿੱਜੀ ਬੰਦੇ, ਇਹ ਬੰਦੇ ਬਾਹਰਲੇ ਆ ਜੀ। ਸਾਡਾ ਮਤਲਬ ਕਿ ਉਹਨਾਂ ਨੇ ਪੰਚਾਇਤ ਘਰ ਦੇ ਵਿੱਚ ਸਾਰਿਆਂ ਦਾ ਭਰਿਆ ਸੀਗਾ, ਪੰਜ ਪੰਜ ਮਰਲਿਆਂ ਦਾ, ਸੈਕਟਰੀ ਸਾਹਿਬ ਵੀ ਆਏ ਸੀ। ਉੱਥੇ ਇਹ ਗੱਲ ਕਹੀ ਗਈ ਸੀ ਵੀ ਮਤਲਬ ਕਿ ਜਿਨ੍ਹਾਂ ਦੇ ਉਰੇ ਭਰੇ ਗਏ ਆ ਉਹਨਾਂ ਨੂੰ ਮਿਲੂਗਾ। ਫਿਰ ਉਹਨਾਂ ਨੇ ਇਹ ਕਹਤਾ ਵੀ ਤੁਹਾਡਾ ਰੱਦ ਹੋ ਗਿਆ, ਵੀ ਉੱਥੇ ਜ਼ਮੀਨ ਥੋੜ੍ਹੀ ਨਿਕਲਦੀ ਆ, ਸਾਡਾ ਉੱਥੇ ਕੁਛ ਵੀ ਹੈ ਨਹੀਂ ਸੀਗਾ। ਜਾਣੀ ਕਿ ਅਸੀਂ ਜਾ ਕੇ ਦੇਖਿਆ, ਵੀਡੀਓ ਵਾਲੇ ਇਹ ਗੱਲ ਕਹਿੰਦੇ ਨੇ ਵੀ ਸਰਪੰਚ ਮੋਹਰ ਲਾਊਗਾ, ਸਰਪੰਚ ਇਹ ਕਹਿੰਦਾ ਆ ਵੀ ਵੀਡੀਓ ਮੋਹਰ ਲਾਊਗੀ, ਵੀ ਅਸੀਂ ਨਹੀਂ ਇਹ ਕੰਮ ਕਰ ਸਕਦੇ, ਅਸੀਂ ਇਹ ਕੰਮ ਕਰਨ 'ਚ ਫਸਾਂਗੇ। ਵੀ ਜੇ ਅਸੀਂ ਇੱਕ ਗਰੀਬ ਦਲਿਤ ਪਰਿਵਾਰਾਂ ਨੂੰ 5 ਮਰਲੇ ਦਿੱਤਾ ਦੇਵਾਂਗੇ ਤਾਂ ਅਸੀਂ ਫਸਾਂਗੇ ਕੰਮਾਂ 'ਚ। ਆਪਣੇ ਪਿੰਡ ਦੀ ਜ਼ਮੀਨ ਕਿੰਨੀ ਆ ਜੀ? ਆਪਣੇ ਪਿੰਡ ਦੀ ਜ਼ਮੀਨ ਤਾਂ ਜੀ ਮਤਲਬ ਕਿ ਪੁਰਖਾਂ ਨੂੰ ਪਤਾ ਹੋਊਗਾ, ਅਸੀਂ ਤਾਂ ਹੁਣ ਆਉਣ ਵਾਲੀਆਂ 70 ਕਿੱਲੇ ਹੈਗੇ ਆ ਜੀ। ਆਪਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹਾਂ? ਅਸੀਂ ਜੀ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਮਤਲਬ ਕਿ ਪੰਚਾਇਤ ਜੇ ਉਹਨਾਂ ਦੇ ਕੋਲ ਹੈਗੀ ਹੈ ਜਗ੍ਹਾ ਸਾਨੂੰ ਹਿੱਸਿਆਂ ਦੀ ਸਾਰੇ ਦੇਣ। ਹਾਂਜੀ ਬਾਪੂ ਜੀ, ਕੀ ਨਾਮ ਹੈ ਜੀ? ਜਗਤਾਰ ਸਿੰਘ। ਕਿਹੜਾ ਪਿੰਡ ਹੈ ਜੀ? ਹੇਡੋਵੇਟ। ਬਾਪੂ ਜੀ ਕੀ ਕਹਿਣਾ ਚਾਹੁੰਦੇ ਹਾਂ ਜੀ ਆਪਾਂ? ਅਸੀਂ ਫਾਰਮ ਭਰਾਏ ਤੇ ਮੌਕੇ ਦੇ ਅਫਸਰ ਦੇਖਣ ਆਇਆ ਉਹ ਕਹਿੰਦਾ ਵੀ ਸੋਮਵਾਰ ਨੂੰ ਆ ਜਾ, ਤੇਰੇ ਕੋਲ ਜਗ੍ਹਾ ਨਹੀਂ ਹੈਗੀ ਜਗ੍ਹਾ, ਉੱਥੇ ਸੋਮਵਾਰ ਨੂੰ ਤੇਰੇ ਆਪਾਂ ਭਰਦੇ ਹਾਂ, ਜਾ ਉੱਥੇ ਫਾਰਮ ਭਰਾਇਆ। ਉਹਨੇ ਕਿਹਾ ਵੀ ਮੋਹਰ ਲਵਾ ਕੇ ਲਿਆ ਸਰਪੰਚ ਦੀ, ਸਰਪੰਚ ਨੇ ਮੋਹਰ ਨਹੀਂ ਲਾਈ, ਕਹਿੰਦਾ ਮੈਂ ਨਹੀਂ ਲਾਉਂਦਾ। ਸਰਪੰਚ ਸਾਹਿਬ ਕੋਲ ਆਪਾਂ ਗਏ ਸੀ? ਆਪਾਂ ਸਰਪੰਚ ਸਾਹਿਬ ਕੋਲ ਗਏ ਤੇ ਘਰਾਂ ਗਏ ਆ। ਉਹਨੇ ਕੀ ਕਿਹਾ ਜੀ ਮੌਕੇ? ਉਹ ਕਹਿੰਦਾ ਵੀ ਜਿੰਨਾ ਚਿਰ ਵੀਡੀਓ ਨਹੀਂ ਕਹਿੰਦਾ ਮੈਨੂੰ ਉਨਾ ਚਿਰ ਮੈਂ ਮੋਹਰ ਨਹੀਂ ਲਾਉਣੀ। ਹਾਂਜੀ ਸਰ, ਕੀ ਨਾਮ ਹੈ? ਮੇਰਾ ਨਾਮ ਗੁਰਪਾਲ ਸਿੰਘ ਬਾਜਵਾ, ਸਰਪੰਚ ਗੁਰਪਾਲ ਸਿੰਘ ਬਾਜਵਾ। ਹਾਂਜੀ ਸਰ, ਪਿੰਡ ਦੇ ਵਿੱਚ ਤਕਰੀਬਨ ਆਪਣੇ ਪਿੰਡ ਵਾਲੇ ਕਹਿ ਰਹੇ ਜੀ ਉਹਨਾਂ ਦੇ 5-5 ਮਰਲੇ ਦਾ ਪਲਾਟ ਪਾਸ ਨਹੀਂ ਹੋਇਆ ਜੀ, ਕੀ ਕਹਿਣਾ ਚਾਹੁੰਦੇ ਆ ਇਸ ਬਾਰੇ? ਮੈਂ ਪਿੰਡ ਦੇ ਵਿੱਚ ਆਮ ਇਜਲਾਸ ਬੁਲਾਇਆ, ਉਹਦੇ ਵਿੱਚ ਜੋ ਆਮ ਇਜਲਾਸ ਦੇ ਵਿੱਚ ਲਿਖਿਆ ਗਿਆ ਸੀ ਕਿ ਬੇਘਰੇ ਬੇਜ਼ਮੀਨੇ ਜੋ ਹਨ ਉਹਨਾਂ ਨੂੰ ਪਲਾਟ ਦਿੱਤੇ ਜਾਣਗੇ, ਮੈਂ ਉਹਦੇ ਮੁਤਾਬਕ ਜੋ ਵੀ ਪਿੰਡ ਵਿੱਚ ਬਣਦਾ ਹੱਕ ਸੀ ਉਹ ਪਾਸ ਕਰਤਾ। ਕਈ ਪਿੰਡ ਵਾਲੇ ਕਹਿ ਰਹੇ ਕਿਹਾ ਜਾ ਰਿਹਾ ਕਿ ਸਰਪੰਚ ਸਾਹਿਬ ਨੇ ਉਹਨਾਂ ਦੇ ਫਾਰਮ ਲੈ ਕੇ ਸਾਈਨ ਨਹੀਂ ਕੀਤੇ ਗਏ ਜੀ।
नहीं मैनू जो बी डी ओ साहब वालों आर्डर होया सी मैं उहदे मुताबिक कीता काम मैं बाहर नहीं गया हैगा। कहिंदे जी पहलों यह भी कहा जा रहा जी घट्ट तो घट्ट 100 जने पिंड दे विच फार्म भरे गए सी उन्हां विचों सिर्फ 6 जने ने पास होके आए 36 बंदे दे फार्म भरे गए सी मैं ने इन्हां ने अपने वालों भर के ते आम इजलास दे विच उहदे विच जो बेजमीन सी बेघरे हन उन्हां दे नाल गए नहीं उहदे विच 6 बंदे ਪਿੰਡ ਵਾਲਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਜੀ ਜਿਹੜੇ 6 ਬੰਦਿਆਂ ਦੇ ਫਾਰਮ ਭਰੇ ਗਏ ਜੀ ਉਹ 'ਚੋਂ ਕਈ ਜਾਣੇ ਬਾਹਰਲੇ ਵੀ ਹੈ ਜੀ। ਬਾਹਰਲਾ ਕੋਈ ਨਾ ਹੈ ਜਿਹਦੀ ਵੋਟ ਬਣੀ ਹੈ ਔਰ ਜੋ ਜਿਹਦਾ ਆਧਾਰ ਕਾਰਡ ਬਣਿਆ ਉਹਦੇ ਫਾਰਮ ਭਰੇ ਗਏ ਨੇ ਜੋ ਬੇਘਰੇ ਬੇਜ਼ਮੀਨ ਸੀ।